ਜਿਹੜਾ ਸਿਮਰਨ ਦਾ ਨਸ਼ਾ ਹੈ ਨਾ, ਬੰਦਗੀ ਦਾ ਨਸ਼ਾ ਹੈ। ਤੁਸੀਂ ਮੈਡੀਕਲ ਨਸ਼ੇ ਕਰ ਲਓ, ਸ਼ਰਾਬਾਂ ਦੇ ਨਸ਼ੇ ਕਰ ਲਓ, ਗੱਡੀਆਂ ਜ਼ਮੀਨਾਂ, ਕੋਈ ਦੁਨੀਆ ਦਾ ਨਸ਼ਾ ਹੈ, ਨਾਮ ਦੇ ਨਸ਼ੇ ਦੀ ਰੀਸ ਨਹੀਂ ਕਰ ਸਕਦਾ। ਇੱਕ ਨਸ਼ਾ ਉਹ ਜਿਹੜਾ 5-7 ਘੰਟਿਆਂ ਚ ਉਤਰ ਜਾਏਗਾ, ਜਿਹੜਾ ਬੰਦਾ ਭਜਨ ਕਰਦਾ ਰਹੇਗਾ ਨਾ, ਇਹ ਚੇਤੇ ਰੱਖਿਓ, ਨਾਮ ਦਾ ਨਸ਼ਾ ਗੂੜਾ ਹੀ ਹੁੰਦਾ ਜਾਂਦਾ, ਚੜ੍ਹਦਾ ਹੀ ਜਾਂਦਾ ਹੈ। ਹੁਣ ਤਾਂ ਕਹਿੰਦਾ ਵੀ ਫੀਮ ਮਿਲੇ ਫੇਰ ਸਰੂਰ ਜਾਊ, ਫੇਰ ਫੀਮ ਦੀ ਲੋੜ ਨਹੀਂ, ਫੇਰ ਸ਼ਰਾਬ ਦੀ ਲੋੜ ਨਹੀਂ, ਫੇਰ ਤੂੰ ਠੇਕਾ ਨਹੀਂ ਭਾਲਣਾ, ਫਿਰ ਤੂੰ ਕਹੇਗਾ ਵੀ ਬਹਿ ਜਾਈਏ ਬਸ ਮਹਾਰਾਜ ਦੇ ਚਰਨਾਂ ਚ ਜਾ। ਸੰਗਤ ਧਿਆਨ ਨਾਲ ਕਰੋ, ਬਹਿ ਕੇ ਸੁਣੋ ਮਹਾਰਾਜ ਕਹਿੰਦੇ ਕੀ ਨੇ। ਉਹਨਾਂ ਭਗਤਾਂ ਨੂੰ, ਉਹਨਾਂ ਮਰੀਦਾਂ ਨੂੰ ਸਿਮਰੀਏ, ਤੇ ਜਿੱਦਣ ਖੇਡ ਬਣ ਗਈ ਨਾ, ਫਿਰ ਤੁਸੀਂ ਆਪ ਹੀ ਕਹਿਣਾ ਬੜੀ ਔਖੀ ਮਿਲੀ ਫਕੀਰੀ, ਹੁਣ ਤਾਂ ਮੇਥੋਂ ਸੁਣਦੇ ਹੋ, ਫੇਰ ਕਹੋਗੇ ਵੀ ਹਾਂ ਹੁਣ ਲੱਗ ਗਈ ਗੱਲ, ਫੇਰ ਕਿਰਪਾ ਕਰਦੇ ਨੇ ਮਹਾਰਾਜ। ਸਤਸੰਗ ਜੀ, ਸਾਡੀ ਜ਼ਿੰਦਗੀ ਚ ਬਚਨ ਵਸ ਜੇ, ਬਸ ਜ਼ਿੰਦਗੀ ਚ ਇੱਕ ਗੱਲ ਲੱਗ ਜੇ, ਕਿਨਕਾ ਏਕ ਜੇ ਸਜੀਵ ਸਾਵੇ, ਬਸ ਬਹੁਤੀਆਂ ਗੱਲਾਂ ਨਹੀਂ, ਆਏ ਕੀ ਕਰਨਾ। ਤੁਸੀਂ ਵੇਖੋ ਜਿਹੜੇ ਬੰਦੇ ਦੀ 60 ਸਾਲ ਦੀ ਜ਼ਿੰਦਗੀ, ਉਹ ਕੀ ਪਰਮਾਤਮਾ ਕੋਲ ਧਰਮਰਾਜ ਅਭਿਲੇਖਾ ਮੰਗੇ, ਮਹਾਰਾਜ ਕਹਿੰਦੇ ਕਿਆ ਮੁੱਖ ਲੈ ਕੇ ਜਾਏਗਾ, ਧਰਮਰਾਜ ਕਹੇ ਹਾਂ ਵੀ 60 ਸਾਲ ਕੀ ਕਰਕੇ ਆਇਆ ਤੂੰ, 30 ਸਾਲ ਸੌ ਕੇ ਗੁਜ਼ਾਰਤੀ, 30 ਸਾਲ ਘੁੰਮ ਫਿਰ ਕੇ ਲੈ ਕੇ ਕੀ ਆਇਆ, ਨਾਲ ਪੱਲੇ ਕੀ ਬੰਨੇ। ਮਾਲਕ ਨੇ ਕੀਤਾ ਸਾਡੇ ਤੇ ਵਿਸ਼ਵਾਸ, ਉਹਨੇ ਬਣਾਈ ਇੱਕ ਸ੍ਰਿਸ਼ਟੀ ਬੜੀ ਸੋਹਣੀ, ਵਿੱਚ ਭੇਜਦਾ ਸਾਨੂੰ ਤਾਂ ਅਸੀਂ ਆ ਕੇ ਕਰਤੀ ਗੰਧਲੀ, ਤੇ ਮਾਲਕ ਸਾਨੂੰ ਬਖਸ਼ੂ, ਭਰੋਸਾ ਕਰੂ ਅੱਗੇ ਤੋਂ ਸਾਡੇ ਤੇ। ਸਤਸੰਗ ਜੀ, ਮਨ ਤੇ ਲਾ ਕੇ ਗਰੀਬ ਨਵਾਜ ਦੇ ਚਰਨਾਂ ਚ ਕਿਹਾ ਕਰੋ, ਮਹਾਰਾਜ ਕਿਰਪਾ ਕਰ ਦਿਓ, ਮੇਰਾ ਕਰ ਦਿਓ, ਸਾਨੂੰ ਬਖਸ਼ ਲੈ। ਇੱਕ ਅੱਖਰ ਸਾਡੇ ਮਨ ਚ ਵਸ ਜਾਏ, ਇੱਕ ਅੱਖਰ ਇੱਕ ਬੋਲੀ ਨਹੀਂ ਮਾਰਦਾ ਸੀ। ਧਰੂ ਭਗਤ ਕੋਲ ਕੀ ਸੀ, ਨਿੱਕਾ ਜਿਹਾ ਬਾਲਕ ਸੀ ਇੱਕ। ਧਰੂ ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਜ਼ਿਕਰ ਆਉਂਦਾ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਕਿੰਨੇ ਕੁ ਉਮਰ ਸੀ ਹੁੰਦੀ, 5 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ, ਨਿੱਕੀ ਦੀ ਉਮਰ, ਛੋਟਾ ਛੋਟੀ ਉਮਰ, ਆਪਣੇ ਪਿਤਾ ਦੇ ਰਾਜ ਵਿੱਚ ਖੇਡਣ ਹੀ ਗਿਆ ਸੀ ਮਹਿਲਾਂ 'ਚ। ਸਤਸੰਗ ਜੀ, ਖੇਡਦਿਆਂ ਬੋਲ ਨਾਲ ਖੇਡਦਿਆਂ ਆਪਣੇ ਪਿਤਾ ਦੇ ਗਿਆ, ਵੇਖਿਆ ਉਹਨੇ ਰਾਜਾ ਬੜੇ ਆਨੰਦ ਵਿੱਚ ਬੈਠਾ, ਪਿਤਾ ਮੇਰਾ ਗੋਦ ਵਿੱਚ ਬਹਿ ਗਿਆ। ਜਾ ਜਦੋਂ ਗੋਦੀ 'ਚ ਬੈਠਾ, ਪਿਤਾ ਪਿਆਰ ਦੇਈ ਜਾਂਦਾ ਹੈ, ਲਾਡ ਕਰੀ ਜਾਂਦਾ ਹੈ। ਮਤਰੇਈ ਮਾਂ ਆਈ, ਦੂਜੀ ਮਾਂ, ਮਤਰੇਈ ਮਾਂ ਆਈ, ਉਹਦੇ ਤੋਂ ਵੇਖ ਕੇ ਚੱਲਿਆ ਨਾ, ਉਹਨੇ ਫਟਾਫਟ ਭੱਜ ਕੇ ਆਈ, ਬਾਂਹ ਤੋਂ ਫੜਿਆ ਧਰੂ ਭਗਤ ਨੂੰ, ਬਾਂਹ ਤੋਂ ਫੜਿਆ, ਨਾਲੇ ਤਾਂ ਮੂੰਹ ਤੇ ਚਪੇੜਾਂ ਮਾਰੀਆਂ, ਐਡਾ ਹੱਕ ਜਤਾਉਂਦੀ ਰਾਜੇ ਤੇ, ਨਾਲੇ ਮੂੰਹ ਤੇ ਚਪੇੜਾਂ ਮਾਰੀਆਂ, ਤੇ ਨਾਲੇ ਆਖਿਆ ਜੇ ਆਪਣੇ ਪਿਤਾ ਦੀ ਗੋਦ ਵਿੱਚ ਬਹਿਣ ਦਾ ਐਡਾ ਹੀ ਚਾਅ ਸੀ ਨਾ ਤੈਨੂੰ, ਮੇਰੀ ਕੁੱਖੋਂ ਜਨਮ ਲੈਂਦਾ, ਮੇਰੇ ਕੁੱਖ ਤੋਂ ਪੈਦਾ ਹੁੰਦਾ, ਤੈਨੂੰ ਕੋਈ ਅਧਿਕਾਰ ਨਹੀਂ ਪਿਤਾ ਦੀ ਗੋਦ ਚ ਬਹਿਣ ਦਾ, ਨਾਲੇ ਮੂੰਹ ਤੇ ਚਪੇੜਾਂ ਮਾਰੀਆਂ, ਨਾਲੇ ਬੋਲੀਆਂ ਮਾਰੀਆਂ, ਤੂੰ ਪਿਤਾ ਦੀ ਗੋਦ ਚ ਨਹੀਂ ਬਹਿ ਸਕਦਾ, ਜਾ ਚੱਲਿਆ ਜਾ, ਮਹਿਲ ਚੋਂ ਦਫਾ ਹੋ ਜਾ, ਬਾਹਰ ਨਿਕਲ ਜਾ। ਮਾੜੇ ਬੋਲ ਬੋਲੇ, ਬੋਲ ਕਬੋਲ ਐਸੇ ਬੋਲੇ, 5 ਸਾਲ ਦੀ ਅਵਸਥਾ ਧਰੂ ਭਗਤ ਦੀ, ਰੋਂਦਾ ਰੋਂਦਾ ਮਹਿਲ ਚੋਂ ਬਾਹਰ ਆ ਗਿਆ, ਨਿੱਕੀ ਜੀ ਉਮਰ। ਤੁਸੀਂ ਵੇਖੋ ਬੱਚੇ ਤੁਹੀਨ ਮੰਨਦੇ, 5 ਸਾਲ ਦਾ ਬੱਚਾ, ਬਸ ਜੀਵਨ ਬਦਲਣਾ ਸੀ ਇੱਕ ਗੱਲ ਨੇ, ਆ ਗਿਆ
ਤਾਂ ਹਾਂ ਮਾਰਦਾ ਮਾਰਦਾ ਆਪਣੀ ਮਾਂ ਕੋਲ ਪਹੁੰਚ ਗਿਆ। ਆਪਣੀ ਮਾਂ ਨੂੰ ਕਹਿੰਦਾ ਮਾਤਾ, ਉਹਦੀ ਮਾਂ ਨੇ ਵੇਖਿਆ ਮੇਰਾ ਲਾਲ ਨਿੱਕਾ ਜਾ ਮੂੰਹ ਤੇ ਨਿਸ਼ਾਨ ਪਏ ਨੇ, ਕੀ ਹੋਇਆ ਮੇਰੇ ਲਾਲ ਨੂੰ? ਘੁੱਟ ਕੇ ਗਲਵੱਕੜੀ ਪਾਈ ਨਿੱਕਾ ਜਾ ਬਾਲ ਕੇ ਛਾਤੀ ਨਾਲ ਲਾਇਆ, ਉਹ ਕਹਿੰਦੀ ਮੇਰੇ ਲਾਲ ਨੂੰ ਹੋਇਆ ਕੀ? ਦੱਸ ਕਿਉਂ ਰੋਂਦਾ ਹੈ? ਮਾਤਾ ਮੈਂ ਰੋਣਾ, ਮਾਤਾ ਮੇਰੀਆਂ ਤਾਹਾਂ ਨਿਕਲਦੀਆਂ ਨੇ, ਪੁੱਤਰ ਹੋਇਆ ਕੀ ਦੱਸ ਤੇ ਸਹੀ, ਬੋਲ ਕੀ ਹੋਇਆ? ਐ ਬੋਲਦਾ ਧਰੂ ਭਗਤ ਮਾਂ, ਉਹ ਬੁਰੀਆਂ ਹੁੰਦੀਆਂ ਨੇ ਮਤਰੇਆਂ ਮਾਂ, ਗੋਦ ਵਿੱਚੋਂ ਕੱਢ ਦਿੰਦੀਆਂ, ਬੁਰੀਆਂ ਹੁੰਦੀਆਂ ਨੇ ਮਤਰੇਆਂ ਮਾਂ, ਗੋਦ ਵਿੱਚੋਂ ਕੱਢ ਦਿੰਦੀਆਂ। ਪਿਆਰੇ ਜੀ ਗੋਦ ਵਿੱਚੋਂ ਕੱਟ ਦਿੰਦੀਆਂ, ਮੇਰੇ ਪਿਆਰੇ ਗੋਦ ਵਿੱਚੋਂ ਕੱਟ ਦਿੰਦੀਆਂ। ਓ ਗੋਦ ਵਿੱਚੋਂ ਕੱਟ ਪਿਆਰੇ ਜੀ, ਗੋਦ ਵਿੱਚੋਂ ਕੱਢ ਦਿੰਦੀਆਂ ਮੇਰੇ ਪਿਆਰੇ, ਗੋਦ ਵਿੱਚੋਂ ਕੱਢ ਦਿੰਦੀਆਂ। ਉਹ ਬੁਰੀਆਂ ਹੁੰਦੀਆਂ ਨੇ ਮਤਰੇਆਂ ਮਾਂ, ਗੋਦ ਵਿੱਚੋਂ ਕੱਢ ਦਿੰਦੀਆਂ, ਬੁਰੀਆਂ ਹੁੰਦੀਆਂ ਨੇ ਮਤਰੇਆਂ ਮਾਂ, ਜੀ ਗੋਦ ਵਿੱਚੋਂ ਕੱਢ ਦਿੰਦੀਆਂ। ਮਾਂ ਮਤਰੇਈ ਮਾਂ ਨੇ ਚਪੇੜਾਂ ਮਾਰੀਆਂ ਮੂੰਹ ਤੇ, ਉਹ ਪੁੱਛਦੀ ਹੋਇਆ ਕੀ ਤੈਨੂੰ, ਕਿਉਂ ਰੋਣਾ ਹੈ? ਮਾਂ ਮੈਂ ਖੇਡਦਾ ਖੇਡਦਾ ਪਿਤਾ ਦੀ ਗੋਦ ਵਿੱਚ ਬਹਿ ਗਿਆ ਜਾ ਕੇ। ਮਾਤਾ ਦੂਜੀ ਮਾਂ ਆਈ ਨਾਲੇ ਬਾਂਹ ਤੋਂ ਫੜਿਆ, ਨਾਲੇ ਮੂੰਹ ਤੇ ਚਪੇੜਾਂ ਮਾਰੀਆਂ, ਨਾਲੇ ਉਹਨੇ ਆਖਿਆ ਜੇ ਪਿਤਾ ਦੀ ਗੋਦ ਵਿੱਚ ਬਹਿਣ ਦਾ ਏਡਾ ਹੀ ਚਾਅ ਸੀ ਮੇਰੀ ਕੁੱਖੋਂ ਜਨਮ ਲੈਂਦਾ, ਮੇਰਾ ਲਾਲ ਰੋਈਦਾ ਨਹੀਂ। ਧਰੂ ਦੀ ਮਾਂ ਸਮਝਾਉਂਦੀ, ਮਾਤਾ ਮੈਨੂੰ ਨਹੀਂ ਪਤਾ, ਮੈਨੂੰ ਇੱਕ ਗੱਲ ਦੱਸ। ਪੁੱਛ ਲਾਲ ਜੀ ਕੀ ਪੁੱਛਣਾ ਹੈ? ਮਾਤਾ ਮੈਨੂੰ ਐ ਦੱਸ, ਤੂੰ ਮੇਰੇ ਪਿਤਾ ਦੀ ਰਾਣੀ ਹੈ ਜਾਂ ਗੋਲੀ ਹੈ? ਇਹ ਪੁੱਛਦਾ ਹੁਣ ਨਿੱਕਾ ਜਾ ਬੱਚਾ, 5 ਸਾਲ ਦਾ, ਗੱਲਾਂ ਕਰਦਾ ਵੱਡੀਆਂ ਵੱਡੀਆਂ। ਮਾਤਾ
ਮੈਨੂੰ ਐ ਦੱਸ ਮੇਰੇ ਪਿਤਾ ਦੀ ਤੂੰ ਰਾਣੀ ਜਾਂ ਗੋਲੀ ਹੈ? ਜੇ ਤੂੰ ਰਾਣੀ ਹੈ ਉਹਦਾ ਸਤਿਕਾਰ ਜ਼ਿਆਦਾ ਕਰਦਾ, ਉਹ ਵੀ ਤੇਰੇ ਬਰਾਬਰ ਦੀ ਰਾਣੀ, ਜਿੰਨਾ ਉਹਦਾ ਹੱਕ ਉਹਨਾਂ ਤੇਰਾ। ਜੇ ਤੂੰ ਗੋਲੀ ਹੈ ਤਾਂ ਮੈਨੂੰ ਚਪੇੜਾਂ ਖਾਣੀਆਂ ਪਈਆਂ, ਮੈਨੂੰ ਮਾਰ ਮਾਰੀ, ਤਾਂ ਜੇ ਰਾਣੀ ਹੈ ਉਹਨੇ ਕਿਉਂ ਮੇਰੇ ਚਪੇੜਾਂ ਮਾਰੀਆਂ, ਕਿਉਂ ਗੋਲ ਜੋ ਕੱਢਿਆ? ਧਰੂ ਦੀ ਮਾਂ ਸੀ ਸਿਆਣੀ, ਭਗਤੀ ਵਾਲੀ, ਬੰਦਗੀ ਵਾਲੀ, ਉਹਨੇ ਗੋਦ ਚ ਪਾ ਕੇ ਨਾ ਧਰੂ ਭਗਤ ਨੂੰ ਆਖਿਆ, ਕਹਿੰਦੀ ਪੁੱਤਰ ਹਾਂ ਤਾਂ ਮੈਂ ਤੇਰੇ ਪਿਤਾ ਦੀ ਰਾਣੀ ਹੈ, ਉਹ ਵੀ ਰਾਣੀ, ਮੈਂ ਵੀ ਰਾਣੀ ਆ। ਜਿੱਦਣ ਤੇਰਾ ਪਿਤਾ ਮੈਨੂੰ ਵਿਆਹ ਕੇ ਲਿਆਇਆ ਸੀ, ਜਿੰਨਾ ਉਹ ਰਾਣੀ ਦਾ ਹੱਕ ਉਨਾ ਹੀ ਮੇਰਾ ਹੱਕ, ਜਿੰਨਾ ਉਹਦਾ ਸਤਿਕਾਰ ਕਰਦਾ ਉਨਾ ਹੀ ਮੇਰਾ ਸਤਿਕਾਰ ਕਰਦਾ ਸੀ। ਮਾਤਾ ਫਿਰ ਹੁਣ ਕਿਉਂ ਘਟ ਗਿਆ? ਪੁੱਤਰਾ ਹੈ ਤੇ ਮਹਾਰਾਣੀ, ਪਰ ਪਿਛਲੇ ਜਨਮ ਚ ਕੋਈ ਭਗਤੀ ਕਰਦਿਆਂ ਕਰਦਿਆਂ ਵਿਘਨ ਪੈ ਗਿਆ ਹੋਏਗਾ ਭਗਤੀ ਚ, ਜਿਹਦੇ ਕਰਕੇ ਰਾਜਾ ਉਹਦਾ ਜ਼ਿਆਦਾ ਸਤਿਕਾਰ ਕਰਦਾ, ਮੇਰਾ ਕਰਦਾ ਹੀ ਹੈ, ਉਹਨੂੰ ਜ਼ਿਆਦਾ ਮੰਨਦਾ, ਉਹਦੀ ਭਗਤੀ ਵੱਧ ਹੋਣੀ, ਕਰਮ ਵੱਧ ਹੋਣੇ ਬੱਚੇ ਕੀਤੇ। ਅੱਛਾ ਮਾਂ, ਧਰੂ ਭਗਤ ਆਪਣੀ ਮਾਂ ਨੂੰ ਗੋਦ ਚ ਬਹਿ ਕੇ ਪੁੱਛਦਾ, ਕਹਿੰਦਾ ਮਾਂ ਇਹ ਭਗਤੀ ਕੀ ਹੁੰਦੀ? ਬਾਲਕ ਸੀ, ਮਾਤਾ ਭਗਤੀ ਕੀ ਹੁੰਦੀ? ਜੇ ਕਰੀਏ ਕੀ ਹੁੰਦਾ? ਪੁੱਤਰਾ ਜੇ ਰੱਬ ਦੀ ਇਬਾਦਤ ਕਰੀਏ, ਭਗਤੀ ਕਰੀਏ, ਸਿਮਰਨ ਕਰੀਏ, ਫਿਰ ਦੁਨੀਆ ਚ ਜਾਣਿਆ ਜਾਂਦਾ, ਕਦਰ ਪੈਂਦੀ ਦੁਨੀਆ ਚ। ਜਿਹੜਾ ਮਾਲਕ ਨੂੰ ਪਿਆਰ ਕਰਦਾ ਹੈ ਉਹ ਸਾਰੀ ਦੁਨੀਆ ਨੂੰ ਪਿਆਰ ਕਰਨ ਲਾ ਦਿੰਦਾ ਹੈ, ਸਾਰੀ ਦੁਨੀਆ ਉਹਨੂੰ ਪਿਆਰ ਕਰਦੀ, ਦੁਨੀਆ ਸਤਿਕਾਰ ਦਿੰਦੀ, ਮਾਣ ਦਿੰਦੀ। ਕਹਿੰਦਾ ਮਾਤਾ ਸੱਚੀ ਗੱਲ ਹੈ, ਜੇ ਭਗਤੀ ਕਰੀਏ ਤੇ ਸਤਿਕਾਰ ਮਿਲਦਾ? ਕਹਿੰਦੇ ਬੜਾ ਸਤਿਕਾਰ ਮਿਲਦਾ, ਕੱਲਾ ਸਤਿਕਾਰ ਹੀ ਨਹੀਂ, ਤਿੰਨਾਂ ਲੋਕਾਂ ਚ ਜਾਣਿਆ ਜਾਂਦਾ ਹੈ। ਇੰਨੀ ਗੱਲ ਕਹਿਣ ਦੀ ਦੇਰ ਸੀ, ਸਤਿਕਾਰ ਮਿਲਦਾ ਹੈ। ਮਾਤਾ ਮੈਂ ਤਾਂ ਜੋ ਮਰਜ਼ੀ ਹੋ ਜੇ ਆਪਣੀ ਮਾਂ ਨੂੰ ਸਤਿਕਾਰ ਦਿਵਾਉਣਾ, ਬਸ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਿਲ ਤੇ ਲੱਗ ਗਈ, ਮੈਂ ਤਾਂ ਸਤਿਕਾਰ ਦਿਵਾਉਣਾ, ਜੋ ਮਰਜ਼ੀ ਹੋ ਜੇ, ਮਾਂ ਮੈਨੂੰ ਰੋਕੀ ਨਾ, ਇਹ ਕਹਿੰਦਾ ਮੈਨੂੰ ਰੋਕੀ ਨਾ, ਮੈਂ ਭਜਨ ਕਰਨਾ ਹੈ, ਬੰਦਗੀ ਕਰਨੀ, ਜੰਗਲਾਂ ਚ ਜਾਣਾ ਹੈ। ਇੰਨੀ ਗੱਲ ਸੁਣਨ ਦੀ ਦੇਰ ਸੀ, ਮਾਂ ਦੀਆਂ ਤਾਹਾਂ ਨਿਕਲ ਗਈਆਂ, ਪੁੱਤਰ ਤੇਰੀ ਖਿਡੌਣਿਆਂ ਨਾਲ ਖੇਡਣ ਦੀ ਉਮਰ, ਤੂੰ ਜੰਗਲ ਚ ਭਗਤੀ ਕਰਨ ਜਾਏਗਾ? ਕਹਿੰਦਾ ਨਾ ਮਾਤਾ, ਮੈਂ ਤਾਂ ਸਤਿਕਾਰ ਦਵਾਉਣਾ, ਇੱਜ਼ਤ ਕਰਾਉਣੀ ਹੈ, ਜਿੰਨਾ ਰਾਜ ਦੂਜੀ ਰਾਣੀ ਦਾ ਹੱਕ ਉਨਾ ਹੀ ਸਾਡਾ, ਪਰ ਸਾਨੂੰ ਮਹਿਲ ਚ ਵੀ ਨੀ ਬੈਠਣਾ ਮਿਲਦਾ। ਨਾ ਮਾਤਾ, ਧਰੂ ਭਗਤ ਦੀ ਮਾਂ ਨੇ ਆਗਿਆ ਨਹੀਂ ਸੀ ਦਿੱਤੀ, ਪੁੱਤਰਾ ਤੂੰ ਨੀ ਜੰਗਲਾਂ ਚ ਜਾਣਾ, ਤੈਨੂੰ ਕਿੱਥੋਂ ਲੱਗਣ ਲੱਗ ਗਈ, ਨਿੱਕਾ ਜਿਹਾ ਹੈ ਤੂੰ। ਪਰ ਜਦੋਂ ਵਿਰਾਗ ਲੱਗ ਜੇ ਨਾ, ਫੇਰ ਨੀ ਇਹ ਸਭ ਕੁਛ ਵੇਖਦਾ। ਸਤਸੰਗ ਜੀ, ਧਰੂ ਭਗਤ ਮਾਂ ਮੈਨੂੰ ਜਾਲਣ ਦੇ ਮਾਂ ਨੀ ਸੀ ਆਗਿਆ ਦਿੰਦੀ, ਜੰਗਲਾਂ ਚ ਜਾ ਕੇ ਛੋਟਾ ਜਿਹਾ ਬਾਲਕ ਮੇਰਾ ਭਗਤੀ ਕਰੇ, ਮਾਂ ਕਿੱਥੇ ਆਗਿਆ ਦਿੰਦੀ ਸੀ? ਪਰ ਇੱਕ ਦਿਨ ਫਿਰ ਇੰਨਾ ਵਿਰਾਗ ਜਾਗਿਆ, ਮੇਰੀ ਮਾਂ ਦੀ ਬੇਕਦਰੀ ਮੇਰੇ ਤੋਂ ਚੱਲ ਨਹੀਂ ਹੋਣੀ। ਰਾਤ ਦਾ ਵੇਲਾ ਹੈ, ਅੱਧੀ ਰਾਤ, 5 ਸਾਲ ਦੀ ਉਮਰ, ਅੱਧੀ ਰਾਤ ਦਾ ਵੇਲਾ ਹੈ, ਹੱਥ ਜੋੜੇ ਆਪਣੀ ਮਾਂ ਨੂੰ ਬਿਨਾਂ ਦੱਸੇ ਹੱਥ ਜੋੜ ਕੇ ਕਹਿੰਦਾ ਮਾਂ ਮੈਨੂੰ ਮਾਫ ਕਰੀ,
ਤੈਨੂੰ ਬਿਨਾਂ ਦੱਸੇ ਚੱਲਿਆ ਇਹ ਕਹਿੰਦਾ ਮੈਨੂੰ ਮਾਫ ਕਰੀ ਤੈਨੂੰ ਬਿਨਾਂ ਦੱਸਣ ਤੋਂ ਤੁਰ ਚੱਲਿਆ ਪਰ ਮੈਂ ਇੰਨੀ ਭਗਤੀ ਕਰਾਂਗਾ ਇੰਨਾ ਸਿਮਰਨ ਇੰਨੀ ਬੰਦਗੀ ਕਰਾਂਗਾ ਜਦੋਂ ਤੱਕ ਧਰਤੀ ਚੰਨ ਆਕਾਸ਼ ਤਾਰੇ ਰਹਿਣਗੇ ਉਹਨਾਂ ਤੱਕ ਤੈਨੂੰ ਦੁਨੀਆ ਯਾਦ ਕਰਕੇ ਧੰਨ ਧੰਨ ਕਿਹਾ ਕਰੇਗੀ ਬੋਲੋ ਸ਼੍ਰੀ ਵਾਹਿਗੁਰੂ ਇਹ ਹੁੰਦੀ ਲੱਗ ਗਈ ਦੇ ਤੁਰ ਪਿਆ ਅੱਜ ਹੋ ਕੇ ਵਿਰਾਗੀ ਤੁਰ ਚੱਲੇ ਵਿਰਾਗ ਲੱਗਦਾ ਹੈ ਜੀ ਕਈ ਇੱਥੇ ਸੱਤਰ ਸੱਤਰ ਸਾਲ ਦੇ ਨੇ ਨਹੀਂ ਲੱਗਦਾ ਵਿਰਾਗ ਕਈ ਇੱਥੇ ਛੋਟੇ ਛੋਟੇ ਬੱਚੇ ਉਹ ਕਹਿਣਗੇ ਸਾਨੂੰ ਤੇ ਗੁਰਦੁਆਰੇ ਲੈ ਕੇ ਚੱਲੇ ਅਸੀਂ ਤਾਂ ਗੁਰਦੁਆਰੇ ਜਾਣਾ ਇਹ ਤੇ ਮਾਲਕ ਜਿਹਦੇ ਤੇ ਕਿਰਪਾ ਕਰਦੇ ਬਸ ਅੱਜ ਹੋ ਕੇ ਵਿਰਾਗੀ ਤੁਰ ਚੱਲੇ ਜੋਗ ਕਮਾਉਣ ਵਾਸਤੇ ਅੱਜ ਹੋ ਕੇ ਵਿਰਾਗੀ ਤੁਰ ਚੱਲੇ ਜੋਗ ਕਮਾਉਣ ਵਾਸਤੇ ਤੁਰ ਪਿਆ ਬਸ ਰਾਤ ਨੂੰ ਅੱਧੀ ਰਾਤ ਨੂੰ ਤੁਰਿਆ ਜਾਂਦਾ ਹੈ ਕਹਿੰਦੇ ਜਦੋਂ ਆਪਣੇ ਘਰ ਚੋਂ ਨਿਕਲਿਆ ਜੰਗਲ ਵੱਲ ਤੁਰਿਆ ਜਾਂਦਾ ਹੈ ਤਾਂ ਜਾਂਦੇ ਜਾਂਦੇ ਨੂੰ ਨਾਰਦ ਜੀ ਮਿਲ ਗਏ ਜਾਂਦੇ ਜਾਂਦੇ ਨੂੰ ਨਾਰਦ ਜੀ ਮਿਲੇ ਸਤ ਸੰਗਤ ਨਾਰਦ ਜੀ ਵੇਖਦੇ ਨੇ ਵੀ ਨਿੱਕਾ ਜਿਹਾ ਬਾਲਕ ਨਾਰਦ ਜੀ ਪੁੱਛਦੇ ਨੇ ਕਹਿੰਦੇ ਕਾਕਾ ਤੂੰ ਕਿੱਥੇ ਤੁਰਿਆ ਜਾਂਦਾ ਹੈ ਅੱਧੀ ਰਾਤ ਦਾ ਵੇਲਾ ਹਨੇਰੀ ਰਾਤ ਜੰਗਲ ਦਾ ਸਮਾਂ ਤਾਂ ਵੇ ਜੰਗਲ ਚ ਤੁਰਿਆ ਫਿਰਦਾ ਕਿੱਥੇ ਚੱਲਿਆ ਧਰੂ ਭਗਤ ਹੱਥ ਜੋੜ ਕੇ ਕਹਿੰਦਾ ਨਾਰਦ ਜੀ ਮੈਂ ਭਗਤੀ ਕਰਨੀ ਮੈਂ ਬੰਦਗੀ ਕਰਨੀ ਨਾਰਦ ਜੀ ਹੈਰਾਨ ਰਹਿ ਗਏ ਨਿੱਕਾ ਜਿਹਾ ਬਾਲਕ ਭਗਤੀ ਦੀਆਂ ਗੱਲਾਂ ਕਰਦਾ ਤੂੰ ਕਿਉਂ ਭਗਤੀ ਕਰਨੀ ਉਹ ਕਾਕਾ ਤੈਨੂੰ ਇੰਨੀ ਉਮਰ ਚ ਕਿੱਥੋਂ ਵਿਰਾਗ ਲੱਗ ਗਿਆ ਛੋਟੀ ਜੀ ਉਮਰ ਤੇਰੀ ਤੇਰੀ ਉਮਰ ਤਾਂ ਪੜ੍ਹਨ ਦੀ ਖਿਡੌਣਿਆਂ ਨਾਲ ਖੇਡਣ ਦੀ ਤੇਰੀ ਜੰਗਲਾਂ ਚ ਭਗਤੀ ਕਰਨ ਦੀ ਉਮਰ ਥੋੜਾ ਕਹਿੰਦਾ ਨਾ ਮੈਂ ਤਾਂ ਭਗਤੀ ਕਰਨੀ ਮੈਂ ਤਾਂ ਬੰਦਗੀ ਕਰਨੀ ਕਿਉਂ ਕਰਨੀ ਬੰਦਗੀ ਕਿਉਂ ਕਰਨਾ ਸਿਮਰਨ
ਬਾਬਾ ਮੈਂ ਐਵੇਂ ਨੀ ਘਰ ਬਾਹਰ ਛੱਡ ਕੇ ਆਇਆ, ਕੀ ਹੋਇਆ ਦੱਸ ਫਿਰ ਕੀ ਗੱਲ ਹੈ? ਨਾਰਦ ਜੀ ਪੁੱਛਦੇ ਨੇ, ਕਹਿੰਦਾ ਮੈਂ ਆਪਣੀ ਮਾਂ ਦੇ ਵਿਹੜੇ ਚ ਗਿਆ ਸੀ, ਆਪਣੇ ਪਿਤਾ ਦੀ ਗੋਦ ਚ ਬੈਠਾ ਸੀ, ਮਤਰੇਈ ਮਾਂ ਤੋਂ ਵੇਖ ਕੇ ਚੱਲਿਆ ਨਾ ਗਿਆ, ਨਾਲੇ ਤਾਂ ਮੂੰਹ ਤੇ ਚਪੇੜਾਂ ਮਾਰੀਆਂ, ਨਾਲੇ ਬਾਹ ਫੜ ਕੇ ਬਾਹਰ ਕੱਢਤਾ ਮਹਿਲਾਂ ਚੋਂ, ਉਹਨੇ ਬੋਲੀਆਂ ਮਾਰੀਆਂ, ਜੇ ਪਿਤਾ ਦੀ ਗੋਦ ਚ ਬਹਿਣ ਦਾ ਏਡਾ ਚਾਅ ਸੀ ਮੇਰੇ ਕੁੱਖੋਂ ਜਨਮ ਲੈਂਦਾ। ਮੇਰੀ ਮਾਂ ਦਾ ਰਾਜਾ ਸਤਿਕਾਰ ਘੱਟ ਕਰਦਾ ਹੈ, ਮੈਂ ਤਾਂ ਆਪਣੀ ਮਾਂ ਨੂੰ ਇੱਜ਼ਤ ਦਿਵਾਉਣੀ, ਬਸ ਸਤਿਕਾਰ ਦਿਵਾਉਣਾ, ਅਸੀਂ ਤਾਂ ਆਪਣਾ ਹਿੱਸਾ ਲੈਣਾ। ਸਰ ਸੰਗਤ ਨਾਰਦ ਕਹਿੰਦਾ ਤੇਰੀ ਖਿਡੌਣਿਆਂ ਨਾਲ ਖੇਡਣ ਦੀ ਉਮਰ ਕਿੱਥੋਂ ਵਿਰਾਗ ਲੱਗ ਗਿਆ? ਬਾਬਾ ਜੀ ਮੈਂ ਐਵੇਂ ਨਹੀਂ ਆਇਆ। ਨਾਰਦ ਪੁੱਛਦਾ ਮੈਂ ਐਵੇਂ ਥੋੜਾ ਆਇਆ ਘਰ ਤੋਂ, ਕੀ ਹੋਇਆ, ਕੀ ਦੱਸ ਸਾਰੀ ਗੱਲ। ਰੋ ਰੋ ਕੇ ਧਰੂ ਭਗਤ ਦੱਸਦਾ ਹੈ। ਨਾਰਦ ਜੀ ਪੁੱਛਦੇ ਨੇ ਨਿਆਣੀ ਉਮਰੇ ਵਿਰਾਗ ਕਿੱਥੋਂ ਲੱਗਿਆ, ਨਿਆਣੀ ਉਮਰੇ ਉਮਰੇ ਵਿਰਾਗ ਕਿੱਥੋਂ ਲੱਗਿਆ? ਪੁੱਛਦੇ ਨੇ ਨਾਰਦ ਜੀ ਕਾਕਾ ਕਾਕਾ, ਪੁੱਛਦੇ ਨੇ ਨਾਰਦ ਜੀ ਨਿਆਣੀ ਉਮਰੇ ਨਿਆਣੀ ਉਮਰੇ ਵਿਰਾਗ ਕਿੱਥੋਂ ਲੱਗਿਆ, ਨਿਆਣੀ ਉਮਰੇ ਉਮਰੇ ਵਿਰਾਗ ਕਿੱਥੋਂ ਲੱਗਿਆ? ਪੁੱਛਦੇ ਨੇ ਨਾਰਦ ਜੀ ਕਾਕਾ ਕਾਕਾ, ਪੁੱਛਦੇ ਨੇ ਨਾਰਦ ਜੀ ਨਿਆਣੀ ਉਮਰੇ ਇੰਨੀ ਨਿੱਕੀ ਜੀ ਉਮਰ ਚ ਵਿਰਾਗ ਕਿੱਥੋਂ ਲੱਗ ਗਿਆ? ਰੋਂਦਾ ਰੋਂਦਾ ਕਹਿੰਦਾ ਫਿਰ ਮੈਨੂੰ ਮਾਂ ਮਤਰੇਈ ਨੇ ਮਾਰਿਆ, ਮੈਨੂੰ ਮਾਂ ਨੇ ਮਾਂ ਮਤਰੇਈ ਨੇ ਮਾਰਿਆ, ਮੈਨੂੰ ਮਾਂ ਨੇ ਮੈਨੂੰ ਮਾਂ ਮਤਰੇਈ ਨੇ ਮਾਰਿਆ, ਮੈਂ ਘਰ ਬਾਰ ਛੱਡ ਆਇਆ ਬਾਬਾ ਬਾਬਾ, ਮੈਂ ਘਰ ਬਾਰ ਛੱਡ ਆਇਆ, ਮੈਨੂੰ ਮਾਂ ਨੇ ਮੈਨੂੰ ਮਾਂ ਮਤਰੇਈ ਨੇ ਮਾਰਿਆ, ਮਾਮਤ ਰਹੀ ਨੇ ਮਾਰਿਆ, ਮੈਂ ਘਰ ਬਾਰ ਛੱਡ ਆਇਆ ਮੇਰੇ ਮਤਰੇਈ ਮਾਂ ਨੇ ਚਪੇੜਾਂ ਮਾਰੀਆਂ, ਐਵੇਂ ਥੋੜਾ ਘਰ ਛੱਡ ਕੇ ਆਇਆ। ਅੱਛਾ ਲੈ ਤੂੰ ਭਗਤੀ ਕਰਨ ਨਾ ਜਾਈ, ਇੱਥੇ ਹੀ ਰੁਕ ਜਾ, ਮੈਨੂੰ ਹੁਣੇ ਤੇਰੇ ਪਿਤਾ ਨੂੰ ਮਿਲਿਆ। ਸਰ ਸਿੰਘ ਜੀ ਉਸ ਵੇਲੇ ਨਾਰਦ ਮੁਨੀ ਗਿਆ ਧਰੂ ਭਗਤ ਦੇ ਪਿਤਾ ਕੋਲ, ਰਾਜੇ ਕੋਲ, ਰਾਜਨਾ ਤੇਰੀ ਦੁਨੀਆ ਤੇ ਤੁਹੀਨ ਹੋਏਗੀ, ਉਹ ਨਿੱਕਾ ਜਿਹਾ ਤੇਰਾ ਬਾਲਕ ਖਿਡੌਣਿਆਂ ਨਾਲ ਖੇਡਣ ਦੀ ਉਮਰ, ਰਾਣੀ ਦੇ ਵਸ ਚ ਹੋ ਕੇ ਤੂੰ ਆਪਣਾ ਪੁੱਤਰ ਨਹੀਂ ਮਨਾ ਸਕਦਾ। ਰਾਜਾ ਕਹਿੰਦਾ ਕੀ ਹੋਇਆ ਨਾਰਦ ਜੀ, ਐਡੀਆਂ ਭਾਰੀਆਂ ਗੱਲਾਂ ਬੋਲਦੇ, ਹੋਇਆ ਕੀ ਤੈਨੂੰ ਨੀ ਪਤਾ? ਨਿੱਕਾ ਜਿਹਾ ਤੇਰਾ ਬਾਲਕ ਜੰਗਲਾਂ ਚ ਭਗਤੀ ਕਰਨ ਤੁਰਿਆ, ਜਾ ਚਲੇ ਆ ਜਾ ਆਪਣੇ ਪੁੱਤਰ ਨੂੰ ਸਮਝਾ ਜਾ ਕੇ। ਸੁਣਿਆ ਰਾਜਾ ਕਹਿੰਦਾ ਮੇਰਾ ਪੁੱਤਰ 5 ਸਾਲ ਦਾ ਜੰਗਲਾਂ ਚ ਭਗਤੀ ਕਰਨ, ਚਪੇੜਾਂ ਮਾਰੀਆਂ ਹੋਣੀਆਂ ਤੇਰੀ ਰਾਣੀ ਨੇ, ਸਾਰੀ ਗੱਲ ਦੱਸੀ। ਪਤਾ ਕੀ ਕਹਿੰਦਾ ਰਾਜਾ, ਨਾਰਦ ਜੀ ਜਿਵੇਂ ਮਰਜ਼ੀ ਕਰੋ
ਜੇ ਸਤਕਾਰ ਦੀ ਜੇ ਹਿੱਸੇ ਦੀ ਵਡਿਆਈ ਦੀ ਗੱਲ ਏ, ਮੈਂ ਅੱਜ ਹੀ ਉਹਨੂੰ ਅੱਧਾ ਰਾਜ ਭਾਗ ਦੇਣਾ, ਉਹਨੂੰ ਕਹਿ ਵਾਪਸ ਮੁੜ ਜਾ, ਜਾਓ ਕਹੋ ਜਾ ਕੇ ਧਰੂ ਨੂੰ। ਇੰਨੀ ਸੋਝੀ ਨਿੱਕੀ ਜਿਹੀ ਉਮਰ ਚ ਨਾਰਦ ਚਲਿਆ ਗਿਆ। ਧਰੂ ਭਗਤ, ਧਰੂ ਜੀ, ਤੁਹਾਡੀ ਮਾਤਾ ਨੂੰ ਸਤਕਾਰ ਚਾਹੀਦਾ ਨਾ, ਤੁਹਾਨੂੰ ਇੱਜ਼ਤ ਚਾਹੀਦੀ, ਜਿੰਨਾ ਦੂਜੀ ਦਾ ਸਤਕਾਰ ਤੁਹਾਨੂੰ ਚਾਹੀਦਾ। ਭਗਤੀ ਇਸੇ ਕਰਕੇ ਕਰਨੀ, ਕਹਿੰਦੇ ਹਾਂ ਮੈਂ ਤੇਰੇ ਪਿਤਾ ਕੋਲ ਗਿਆ ਸੀ, ਤੇਰੇ ਪਿਤਾ ਦਾ ਆਇਆ ਹੁਕਮ, ਉਹ ਕਹਿੰਦਾ ਹੈ ਅੱਜ ਹੀ ਅੱਧਾ ਰਾਜ ਦੇਣਾ, ਅੱਧੇ ਰਾਜ ਦਾ ਮਾਲਕ ਅੱਜ ਹੀ ਬਣਾਉਣਾ, ਆ ਜਾ ਛੇਤੀ ਰਾਜ ਭਾਗ ਸਾਹਮਣੇ। ਗਿਆਨ ਹੋ ਗਿਆ ਸੀ ਉਹਨੂੰ ਛੋਟੀ ਉਮਰ ਚ। ਪਤਾ ਕੀ ਕਹਿੰਦਾ ਨਾਰਦ ਜੀ, ਹਾਲੇ ਤਾਂ ਮੈਂ ਭਗਤੀ ਕਰੀ ਵੀ ਨੀ, ਹਾਏ ਤਾਂ ਸਿਮਰਨ ਕਰਿਆ ਵੀ ਨੀ, ਤੁਰਿਆ ਹੀ ਆ ਜੇ। ਕਹਿੰਦਾ ਮੈਂ ਭਗਤੀ ਕੀਤੀ ਨੀ, ਭਜਨ ਕਰਨ ਵੱਲ ਤੁਰਿਆ ਹੀ ਆ, ਅੱਧਾ ਰਾਜ ਮੇਰਾ ਪਿਤਾ ਮੈਨੂੰ ਦੇਣ ਵਾਸਤੇ ਤਿਆਰ ਹੋ ਗਿਆ, ਜੇ ਕਿਤੇ ਮੈਂ ਭਗਤੀ ਕਰ ਲਈ ਫੇਰ ਕੀ ਬਣੂ, ਅਜੇ ਤੇ ਸਿਮਰਨ ਕਰਿਆ ਹੀ ਨੀ, ਸ਼ੁਰੂ ਹੀ ਨੀ ਕੀਤੀ ਬੰਦਗੀ, ਜੇ ਸਿਮਰਨ ਕਰ ਲੈਂਦਾ ਫੇਰ ਕੀ ਬਣੂ। ਕਹਿੰਦਾ ਹੁਣ ਮੈਂ ਇਹ ਵੀ ਰਾਜ ਨਹੀਂ ਲੈਣਾ, ਵੇਖ ਮੈਂ ਨਹੀਂ ਰਾਜ ਲੈਣਾ, ਅੱਧਾ ਰਾਜ ਨਾ ਮੈਂ ਪੂਰਾ ਲਵਾਂ ਨਾ ਮੈਂ ਅੱਧਾ ਲਵਾਂ। ਐਡੀ ਨਾਮ ਚ ਬਰਕਤ ਬੰਦਗੀ ਚ, ਅਜੇ ਤਾਂ ਤੁਰਿਆ ਹੀ ਆ, ਉਹ ਮਾਲਕ ਐਡਾ ਦਿਆਲ। ਇਹਨਾਂ ਮਤਲਬ ਭਗਤੀ ਕਰਕੇ ਜੋ ਮੰਗੀਏ ਮਿਲਦਾ, ਮਾਂ ਤਾਂ ਕਹਿੰਦੀ ਸੀ ਜੋ ਮੰਗੀਏ ਮਿਲ ਜਾਂਦਾ, ਮੈਂ ਨੀ ਜੀ ਰਾਜ ਲੈਣਾ ਇੱਥੇ ਦੁਨੀਆ ਤੇ ਮਾਤ ਲੋਕ ਦੀ ਧਰਤੀ, ਮੈਂ ਰਾਜ ਨਹੀਂ ਲੈਣਾ। ਨਾਰਦ ਜੀ ਕਹਿੰਦੇ ਹੋਰ ਕੀ ਲੈਣਾ ਤੂੰ ਦੱਸ ਕੀ ਲਏਗਾ। ਧਰੂ ਭਗਤ ਬੋਲਦਾ ਹੈ ਆ ਦੁਨੀਆ ਤੇ ਜਿਹੜਾ ਰਾਜ ਹੋ ਸਕਦਾ, ਮੈਂ 5 ਸਾਲ 10 ਸਾਲ 50 ਸਾਲ ਜੀਵਾਂ ਚੱਲਿਆ ਜੇ, ਹੁਣ ਇਹ ਰਾਜ ਨਹੀਂ ਲੈਣਾ, ਕਿਹੜਾ ਰਾਜ ਚਾਹੀਦਾ ਹੈ। ਇੱਕੋ ਗੱਲ ਬੋਲਦਾ ਹੈ ਉਹ ਝੂਠੇ ਰਾਜ ਦੀ ਲੋੜ ਨਾ ਕੋਈ, ਇਹ ਤਾਂ ਝੂਠਾ ਰਾਜ ਏ, ਮੈਂ ਰਾਜ ਲੈਣਾ ਸੱਚ ਖੰਡ ਦਾ। ਚਲਿਆ ਗਿਆ ਭਗਤੀ ਕਰਨ। ਨਾਰਦ ਜੀ ਮੈਨੂੰ ਕੋਈ ਜੁਗਤੀ ਦੱਸ ਦਿਓ, ਮੈਂ ਪਿੱਛੇ ਮੁੜਨ ਵਾਲਾ ਨਹੀਂ। ਸੁਣਿਓ ਸਮਾਪਤੀ ਵੱਲ ਵਧੀਏ ਸਤਸੰਗ ਜੀ। ਕਹਿੰਦੇ ਧਰੂ ਭਗਤ ਨੇ ਤਪੱਸਿਆ ਕੀਤੀ, ਬੰਦਗੀ ਕੀਤੀ, ਭਜਨ ਕੀਤਾ, ਕੀਤਾ ਵੀ ਇੱਕ ਲੱਤ ਦੇ ਸਹਾਰੇ ਖੜ ਕੇ, ਇੱਕ ਲੱਤ ਦੇ ਸਹਾਰੇ ਖੜ ਕੇ ਭਜਨ ਕੀਤਾ,
ਮਾਲਕ ਦੀ ਆਰਾਧਨਾ ਕਰਦਾ ਹੈ, ਮਹਾਰਾਜ ਨੂੰ ਯਾਦ ਕਰਦਾ ਹੈ। ਕਿੰਨਾ ਸਮਾਂ ਹੋ ਗਿਆ, ਦੇਵੀ ਦੇਵਤਿਆਂ ਦੇ ਸਿੰਘਾਸਣ ਡੋਲ ਗਏ, ਦੇਵੀ ਦੇਵਤਿਆਂ ਦੀਆਂ ਸਮਾਧੀਆਂ ਡੋਲ ਗਈਆਂ, ਨੇਤਰ ਖੁੱਲ ਗਏ। ਇਹ ਕੌਣ ਮਾਤ ਲੋਕ ਦੀ ਧਰਤੀ ਤੇ ਇੰਨੀ ਤਪੱਸਿਆ ਕਰ ਰਿਹਾ, ਐਡੀ ਕਠਿਨ ਤਪੱਸਿਆ, ਨਿੱਕਾ ਜਿਹਾ ਬਾਲਕ। ਸਾਰੇ ਦੇਵੀ ਦੇਵਤੇ ਕਹਿੰਦੇ ਤਰਲੇ ਲੈਂਦੇ ਨੇ, ਭਗਵਾਨ ਜੀ ਜਾਓ ਜਾ ਕੇ ਧਰੂ ਨੂੰ ਦਰਸ਼ਨ ਦਿਓ ਜਾ ਕੇ। ਐਡਾ ਕਠਿਨ ਤਪੱਸਿਆ, ਐਡੀ ਫੇਰ ਭਗਵਾਨ ਜੀ ਆਏ, ਨੇਤਰ ਬੰਦ ਨੇ ਧਰੂ ਜੀ ਸਾਹਮਣੇ ਆ ਕੇ ਖੜ ਗਏ। ਸਤਸੰਗ ਜੀ, ਭਗਵਾਨ ਜੀ ਨੇ ਆ ਕੇ ਫਿਰ ਆਖਿਆ, ਧਰੂ ਨੇਤਰ ਖੋਲ ਲੈ, ਤੇਰੀ ਤਪੱਸਿਆ ਪੂਰੀ ਹੋ ਗਈ, ਤੇਰੀ ਆਰਾਧਨਾ ਪੂਰੀ ਹੋ ਗਈ, ਖੋਲ ਨੇਤਰ, ਤੈਨੂੰ ਲੋਕ ਦੇ ਸੁੱਖ ਦਿੱਤੇ, ਪਰਲੋਕ ਦੇ ਸੁੱਖ ਦਿੱਤੇ। ਧਰੂ ਭਗਤ, ਜਿੰਨਾ ਚਿਰ ਧਰਤੀ ਚੰਨ ਆਕਾਸ਼ ਤਾਰੇ ਰਹਿਣਗੇ, ਇਸ ਸ੍ਰਿਸ਼ਟੀ ਤੇ ਤੂੰ ਜਾਣਿਆ ਜਾਏਗਾ। ਬੋਲੋ ਸ਼੍ਰੀ ਵਾਹਿਗੁਰੂ। ਨੇਤਰ ਖੁੱਲ ਗਏ, ਆਪਾ ਅਭੇਦ ਹੋ ਗਿਆ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕੇ ਚਲਾ ਮਿਲਾ ਲਿਆ ਭਗਵਾਨ ਜੀ ਨੇ। ਜਦੋਂ ਜੋਗ ਪੂਰਾ ਕਰਕੇ, ਤਪੱਸਿਆ ਪੂਰੀ ਕਰਕੇ ਵਾਪਸ ਆਇਆ ਧਰੂ ਭਗਤ ਮਹਿਲਾਂ ਚ, ਪਤਾ ਲੱਗਿਆ ਰਾਜੇ ਨੂੰ ਮੇਰਾ ਪੁੱਤਰ ਵਾਪਸ ਆ ਰਿਹਾ ਹੈ। ਬਹੁਤ ਵੱਡੇ ਸ਼ਮਿਆਨੇ, ਬਹੁਤ ਰੌਣਕਾਂ, ਬੜੇ ਸਤਿਕਾਰ ਨਾਲ ਧਰੂ ਭਗਤ ਨੂੰ ਲਿਆਂਦਾ ਗਿਆ ਮਹਿਲਾਂ ਚ। ਅੱਜ ਮੇਰੇ ਪੁੱਤਰ ਨੇ ਆਉਣਾ ਹੈ, ਵੇਖੋ ਧਰੂ ਭਗਤ ਦੀ ਨਿਮਰਤਾ। ਧਰੂ ਭਗਤ ਨੇ ਸਭ ਤੋਂ ਪਹਿਲਾਂ ਆਪਣੇ ਮਹਿਲਾਂ ਚ ਆਉਂਦਿਆਂ ਸਾਰ ਮੱਥਾ, ਜਿਹੜੀ ਮਾਂ ਨੇ ਚਪੇੜਾਂ ਮਾਰੀਆਂ ਸੀ, ਉਹਦੇ ਚਰਨਾਂ ਚ ਟੇਕਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦੇ ਪੈਰਾਂ ਚ ਬਹਿ ਗਿਆ, ਸਿਰ ਰੱਖਤਾ ਚਰਨਾਂ ਤੇ। ਉਹ ਰੋਈ ਜਾਵੇ, ਮੇਰੇ ਤੋਂ ਗਲਤੀ ਹੋ ਗਈ, ਮਾਫ ਕਰ, ਨਾ ਕਹਿੰਦਾ, ਗਲਤੀ ਨਹੀਂ ਹੋਈ। ਜੇ ਤੂੰ ਮੇਰੇ ਨਾਂ ਚਪੇੜਾ ਮਾਰਦੀ, ਜੇ ਮੈਨੂੰ ਨਾ ਬੋਲੀਆਂ ਮਾਰਦੀ, ਮੈਂ ਕਿੱਥੇ ਭਗਤੀ ਕਰਨ ਜਾਣਾ ਸੀ, ਮੇਰੀ ਕਿੱਥੇ ਜ਼ਿੰਦਗੀ ਬਦਲਣੀ ਸੀ। ਚੇਤੇ ਰੱਖਿਓ, ਕਈ ਵਾਰ ਇੱਕ ਕਹੀ ਹੋਈ ਗੱਲ ਹੀ ਜ਼ਿੰਦਗੀ ਬਦਲ ਦਿੰਦੀ ਸਾਡੀ ਜ਼ਿੰਦਗੀ ਚ। ਕੋਈ ਕਹਿ ਦੇਣਾ, ਯਾਰ ਆਹ ਬੰਦੇ ਨੇ ਆਹ ਬੋਲੀ ਮਾਰੀ, ਮੈਂ ਇਹਨੂੰ ਆਹ ਬਣ ਕੇ ਹੀ ਵਿਖਾਉਣਾ, ਬਸ ਮੈਂ ਆਹ ਕਰਕੇ ਵਿਖਾਉਣਾ। ਜਿਹੜੇ ਹੋਈ ਬਸ਼ਰਮ ਗਏ, ਉਹਨਾਂ ਦੀ ਤਾਂ ਗੱਲ ਨੀ ਮੈਂ ਕਰਦਾ, ਪਰ ਜਿਹਨਾਂ ਨੂੰ ਸ਼ਰਮ ਹੈ, ਜਿਹਨਾਂ ਨੂੰ ਲੱਗਦੀ ਹੈ, ਜਿਹਨਾਂ ਨੂੰ ਲੱਗ ਜਾਂਦੀ, ਉਹ ਕਹਿੰਦੇ ਨਾ ਜੀ ਨਾ। ਦਿਨ ਰਾਤ ਲੰਬੇ ਮਿਲਦੇ ਨੇ, ਤੁਸੀਂ ਨਾ ਕਿਸੇ ਦੀ ਗੱਲ ਨਾ ਸੁਣੋ, ਆਪਣੇ ਸ਼ੀਸ਼ੇ ਦੇ ਸਾਹਮਣੇ ਆਪਣੇ ਆਪ ਨੂੰ ਖੜ ਕੇ ਕਦੇ ਨਾ ਅੱਖਾਂ ਚੱਖਾਂ ਪਾ ਕੇ ਵੇਖਿਓ ਵੀ ਯਾਰ ਤੂੰ ਕਰਦਾ ਕੀ ਫਿਰਦਾ, ਆਪਾਂ ਕਰਨ ਗਿਆ ਆ ਸੰਸਾਰ ਦਾ। ਧਰਮਰਾਜ ਵੀ ਕੀ ਪੁੱਛੂ ਜਾ ਕੇ ਵੀ ਟਰੱਕ ਰੋਟੀਆਂ ਦਾ ਖਾ ਕੇ ਆ ਗਿਆ ਮੇਰੇ ਕੋਲ, ਕੀ ਸਵਾਰ ਕੇ ਆਇਆ ਜਾ ਕੇ। ਬਾਣੀ ਵੀ ਸਾਨੂੰ ਤਾਂ ਲਾਂਤਾ ਪਾਉਂਦੀ, ਜਿੰਨੀ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਗਾਏ ਰਾਮ ਰਾਮ। ਕਿਉਂ ਆਏ ਨੇ ਦੁਨੀਆਂ ਤੇ, ਇੱਥੇ ਸਤਸੰਗਤ ਕਰਦੇ ਹਾਂ, ਭਜਨ ਕਰਦੇ ਹਾਂ, ਬੰਦਗੀ ਕਰਦੇ ਹਾਂ, ਐਂ ਹੀ ਕਿਤੇ ਘਰ ਰੁਟੀਨ ਬਣਾ ਲਈ। ਸਤਸੰਗਤ, ਜਿਹੜਾ ਭਗਤੀ ਕਰਦਾ ਹੈ, ਜਿਹੜਾ ਬੰਦਗੀ ਕਰਦਾ ਹੈ, ਜਿਹੜਾ ਸਿਮਰਨ ਕਰਦਾ ਹੈ, ਉਹਨੂੰ ਅੰਦਰ ਉਹਦਾ ਖੁੱਲ ਜਾਂਦਾ ਹੈ, ਆਪਣੇ ਆਪ ਅੰਦਰੋਂ ਜਵਾਬ ਮਿਲਦੇ ਨੇ। ਹੁਣ ਮਾੜੇ ਫੁਰਨੇ ਚੱਲਦੇ ਨੇ, ਫਿਰ ਚੰਗੇ ਚੱਲਣਗੇ।